ਪੰਜਾਬ ਦੇ ਵਿੱਚ ਲਗਾਤਾਰ ਹਾਲਾਤ ਵੱਤੋਂ ਬੱਤਰ ਹੁੰਦੇ ਪਏ ਨੇ ਤਾਜ਼ਾ ਮਾਮਲਾ ਇਤਿਹਾਸਿਕ ਨਗਰ ਖਡੂਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗ੍ਰੰਥੀ ਸਿੰਘ ਉੱਪਰ ਅਣਪਛਾਤੇ ਲੋਕਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹਮਲਾ ਕਰਨ ਵਾਲੇ ਮੁਲਜ਼ਮਾਂ ਨੇ ਗ੍ਰੰਥੀ ਸਿੰਘ ਤੇ ਹਮਲਾ ਕਰਕੇ ਉਸ ਦੀ ਲੱਤ ਅਤੇ ਹੱਥ ਦੀਆਂ ਉਂਗਲਾਂ ਵੱਢ ਕੇ ਉਹ ਨਾਲ ਲੈ ਗਏ ਕਾਬਲੇ ਗੌਰਕ ਇਸ ਦੀ ਪੁਸ਼ਟੀ ਭਾਵੇਂ ਕਿ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਦੇ ਵੱਲੋਂ ਕਰ ਦਿੱਤੀ ਗਈ ਹੈ ਉਹਨਾਂ ਕਹੇ ਕਿ ਗ੍ਰੰਥੀ ਦੀ ਪਛਾਣ ਸੁਖਚੈਨ ਸਿੰਘ ਉਰਫ ਚੰਨਾ ਪੁੱਤਰ ਸ਼ੇਰ ਸਿੰਘ ਵਾਸੀ ਖਡੂਰ ਸਾਹਿਬ ਵੱਜੋਂ ਕੀਤੀ ਗਈ ਹੈ ਜੋ ਹਾਲ ਦੀ ਘੜੀ ਬੇਹੋਸ਼ੀ ਦੀ ਹਾਲਤ ਵਿੱਚ ਹੈ ਜਦੋਂ ਕਿ ਪੁਲਿਸ ਪਾਰਟੀ ਬਿਆਨ ਲੈਣ ਪਹੁੰਚੀ ਹੋਈ ਸੀ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਜੋ ਪਿੰਡ ਬਾਣੀਆਂ ਵਿਖੇ ਗ੍ਰੰਟੀ ਦੀ ਡਿਊਟੀ ਕਰਦਾ ਸੀ ਬੀਤੀ ਰਾਤ 8 ਵਜੇ ਦੇ ਕਰੀਬ ਜਦੋਂ ਘਰ ਵਾਪਸ ਆਇਆ ਤਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ ਤਰ ਹਥਿਆਰਾਂ ਦਾ ਹਮਲਾ ਕਰਕੇ ਉਸ ਦੀ ਲੱਤ ਵੱਢ ਕੇ ਉਹ ਨਾਲ ਲੈ ਗਏ ਪਰ ਇਹ ਸਭ ਦੇ ਵਿੱਚ ਪੰਜਾਬ ਦੇ ਮਾਹੌਲ ਨਾਲ ਦੀ ਨਾਲ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਵਿਗੜਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਅਜੇ ਹੀ ਵੱਡੀ ਹਰਕਤ ਨੂੰ ਹੁਣ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਇਸ ਤੇ ਸਾਰਿਆਂ ਦੀਆਂ ਨਜ਼ਰਾਂ ਬਣੀ ਹੋਈਆਂ ਨੇ ਬਲਵਿੰਦਰ ਕੋਹੜੀ ਬਲਵਿੰਦਰ ਕੋਹੜੀ ਜਿਹੜੀ ਰਾਤੀਂ ਘਟਨਾ ਘਟੀ ਹੈ ਕੀ ਲੱਗਦੇ ਸੀ ਤੁਹਾਡੇ ਦੇ ਕੀ ਨਾਮ ਸੀ ਉਹਨਾਂ ਦਾ ਇਹ ਮੇਰੇ ਜੇਠ ਸਾਹਿਬ ਹੀ ਗਏ ਮੇਰੇ ਪਿਓਾਂ ਬਰਾਬਰ ਹੀ ਸੀਗੇ ਕੀ ਨਾਮ ਸੀ ਇਹਨਾਂ ਦਾ ਸਕੰਜਨ ਸਿੰਘ ਕੀ ਕੋਈ ਘਟਨਾ ਕਿੱਥੇ ਡਿਊਟੀ ਕਰਦੇ ਸੀ ਇਹ ਗੁਰਦੁਆਰਾ ਬਾਣੀਆਂ ਉਧਰ ਉਂਟੀ ਉਂਟੀ ਤਾਂ ਆਉਂਟੇ ਕੋਈ ਅਣਪਛਾਤੇ ਵਿਆਕਤੀਆਂ ਨੇ ਉਹਨਾਂ ਤੇ ਹਮਲਾ ਕੀਤਾ ਸਾਨੂੰ ਨਹੀਂ ਪਤਾ ਕੌਣ ਸੀ ਕਿੰਨਾ ਕਿ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦੇ ਸਰੀਰ ਦਾ ਨੁਕਸਾਨ ਉਹਨਾਂ ਦੀ ਲੱਤ ਵੱਢ ਦਿੱਤੀ ਆ ਉਹ ਲੈ ਗਏ ਨਾਲ ਹੀ ਸਾਨੂੰ ਲੱਭੀ ਨਹੀਂ ਪੁਲਿਸ ਆਈ ਸੀ ਮੌਕੇ ਤੇ ਬੱਚ ਹਾਂਜੀ ਪੁਲਿਸ ਆਈ ਸੀ ਕੀ ਮੰਗ ਕਰਦੇ ਜੋ ਅਸੀਂ ਇਹੋ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਕੁਝ ਨਹੀਂ ਚਾਹੀਦਾ ਹੋਰ ਹਾਂਜੀ ਭੈਣ ਕੀ ਨਾਂ ਤੁਹਾਡਾ ਜੀ ਮਨਪ੍ਰੀਤ ਕੌਰ ਮਨਪ੍ਰੀਤ ਜੀ ਤੁਹਾਡੇ ਪਿਤਾ ਨਾਲ ਜਿਹੜੀ ਘਟਨਾ ਘਟੀ ਹੈ ਕੀ ਘਟਨਾ ਘਟੀ ਜੀ ਕਿੱਥੇ ਕੰਮ ਕਰਦੇ ਸੀ ਬੰਦ ਵਾਲਾ ਬਾਣੀ ਤੇ ਅੱਜ ਕਿੰਨੇ ਕ ਵਜੇ ਦੀ ਘਟਨਾ ਹੈ ਪੌਣੇ 8 8 ਵਜੇ ਦੀ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਸਾਨੂੰ ਇਦਾਂ ਹੀ ਮੁੰਡਾ ਉੱਧਰ ਆਉਂਦਾ ਉਹਨੇ ਦੇਖਿਆ ਸਾਨੂੰ ਪਤਾ ਲੱਗਾ ਸਾਨੂੰ ਫੋਨ ਹੀ ਆਇਆ ਘਰ ਤੇ ਲੱਤ ਕੀ ਹੈ ਨਹੀਂ ਨਾਲ ਨਾਲ ਹੀ ਲੱਗੇ ਲੱਤ ਨਾਲ ਹੀ ਆ ਗਈ ਨਾਲ ਕੀ ਮੰਨ ਕਰਦੇ ਹੋ ਮੰਗ ਕਾ ਦੇ ਹਨ ਇਨਸਾਫ ਚਾਹੀਦਾ ਹਾਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਹਰਬੰਸ ਹੈ ਭਾਈ ਹਰਬੰਸ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਹਾਂਜੀ ਮੇਰੇ ਜੀਜਾ ਜੀ ਲੱਗਦੇ ਕੀ ਨਾਮ ਸੀ ਹਾਂਜੀ ਸਖਤੈਨ ਸਿੰਘ ਉਹਨਾਂ ਦਾ ਨਾਮ ਸੀ ਗੁਰਦਾਰੇ ਇਥੋਂ ਰਹਿ ਰਾਸ ਕਰਕੇ ਹੋਣ ਦਾ ਇਹ ਬਾਣੀਓ ਤੇ ਕੋਈ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਤੇ ਲੱਤ ਵੱਢ ਕੇ ਲੈ ਗਏ ਆ ਤੇ ਕੀ 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 ਲੱਗਦਾ ਮਤਲਬ ਕੁਝ ਪਤਾ ਤੁਹਾਨੂੰ ਨੇ ਸਾਨੂੰ ਕੁਛ ਨਹੀਂ ਪਤਾ ਪਤਾ ਨਹੀਂ ਕੌਣ ਆ ਅਣਪਛਾਤੇ ਵਿਅਕਤੀ ਕੋਈ ਪਤਾ ਨਹੀਂ ਆ ਤੇ ਲਾਤੀ ਨਾਲੋ ਲਾ ਕੇ ਲੈ ਗਏ ਆ ਜੀ ਤੇ ਹੁਣ ਕਿੱਥੇ ਹੈਗੇ ਬਾਬਾ ਜੀ ਬਾਬਾ ਜੀ ਹਸਪੀਟਲ ਚ ਦਾਖਲ ਆ ਉਹਨਾਂ ਦਾ ਯਾਨੀ ਕਿ ਲਾ ਚੱਲ ਰਿਹਾ ਵਾ ਕੀ ਮੰਗ ਕਰਦੇ ਜੋ ਮੰਗੇ ਇਹੀ ਕਹਲਦੇ ਆਂਗੇ ਸਾਨੂੰ ਇਨਸਾਫ ਚਾਹੀਦਾ ਵਾ ਨਾ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਹੀ ਆਪਣੇ ਵਧੀਆ ਮਿਹਨਤ ਕਰਦੇ ਸੀ ਗੁਰਦਾਰੀ ਸਾਹਿਬ ਜਾਂਦੇ ਸੀ ਗੁਰਦਾਰਾ ਸਾਹਿਬ ਗਰੰਟੀ ਡਿਊਟੀ ਕਰਦੇ ਹਾਂਜੀ ਹਾਂਜੀ ਗਰੰਟੀ ਦੀ ਡਿਊਟੀ ਕਰਦੇ ਸੀ ਪੁਲਿਸ ਆਈ ਸੀ ਮੈਂ ਕਿਹਾ ਹਾਂਜੀ ਪੁਲਿਸ ਆਈ ਅਜੇ ਤੱਕ ਜਿਹੜਾ ਮਤਲਬ ਜ਼ਖਮੀ ਬੰਦਾ ਵਾ ਉਹ ਹਸਪੀਟਲ ਐਡਮਿਟਿਆ ਅਜੇ ਤੱਕ ਕੋਈ ਵੀ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਲਿਖਾਈ ਗਈ ਤੇ ਹਸਪੀਟਲ ਅੰਮ੍ਰਿਤਸਰ ਸ਼ਾਇਦ ਕਿਹੇ ਪ੍ਰਾਈਵੇਟ ਹਸਪੀਟਲ ਦਾਖਲ ਨੇ ਤੇ ਉੱਥੇ ਜਾ ਕੇ ਫਿਰ ਉਹਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਕੋਈ ਕਾਰਵਾਈ ਹਮਲਤਾਂ ਦੀ ਪਰਿਵਾਰਕ ਮੈਂਬਰਾਂ ਨੇ ਦੱਸ ਕਾ ਦਿੱਤੀ ਕੋਈ ਨਹੀਂ ਦਰਖਾਸਤ ਕੋਈ ਨਹੀਂ ਦਿੱਤੀ ਸਾਨੂੰ ਇਨਸੀਡੈਂਟ ਬਾਰੇ ਪਤਾ ਲੱਗਿਆ ਸੀ ਅਸੀਂ ਹੁਣ ਮੌਕੇ ਤੇ ਪਹੁੰਚੇ ਆਂ ਤੇ ਰਾਤ ਵੀ ਆਏ ਸੀ ਤੇ ਹੁਣ ਸਰਚ ਕਰ ਰਹੇ ਹਾਂ ਸ਼ਾਇਦ ਕੋਈ ਕਲਿਊ ਮਿਲ ਜੇ ਪਰ ਹੁਣ ਉਹਦੀ ਸਟੇਟਮੈਂਟ ਤੋਂ ਬਾਅਦ ਹੀ ਕੋਈ ਗੱਲ ਸਾਹਮਣੇ ਆ ਸਕਦੀ ਹੈ ਕੀ ਨਾਮ ਸੀ ਹੈਗਾ ਬੇਟਾ ਉਹਦਾ ਨਾਮ ਸੁਖਚੈਨ ਸਿੰਘ ਹੀ ਉਰਫ ਚੰਨਾ ਸਾਨੂੰ ਸ਼ੇਰ ਸਿੰਘ ਖਡੂਰ ਸਾਹਿਬ ਦਾ ਰਹਿਣ ਵਾਲਾ ਗੱਡਾ ਵਾਲਾ ਸਾਹਿਬ ਕਹਿੰਦੇ ਗਾਰੰਟੀ ਡਿਊਟੀ ਕਰਦਾ ਸੀ ਬਾਣੀਆਂ ਘਰੇ ਸ਼ਾਇਦ ਗੁਰਦਰਪ ਸਿੰਘ ਬਾਣੀਆਂ ਕੋਈ ਡਿਊਟੀ ਕਰਦੇ ਤੇ ਡਿਊਟੀ ਤੋਂ ਘਰ ਆਪਣੇ ਆ ਰਿਹਾ ਸੀ ਰਸਤੇ 'ਚ ਕੋਈ ਕਿੰਸੀ ਕਹੇ ਅਨਨੋਨ ਬੰਦਿਆਂ ਨੇ ਸ਼ਾਇਦ ਉਹਨੂੰ ਮਾਰਿਆ ਜੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਸਕੀ ਕਿ ਕਿਹੜੇ ਬੰਦੇ ਨੇ ਕੋਈ ਸੀਸੀਟੀਵੀ ਫੁੜੇ ਖੰਗਾਲੀ ਜਾ ਰਹੀ ਤੁਹਾਡੇ ਕੋਲ ਹਾਂਜੀ ਲੱਗਦਾ ਕਿ ਜਿੰਨੇ ਵੀ ਕੈਮਰੇ ਉਹਨਾਂ ਨੂੰ ਦੇਖ ਰਹੇ ਆ ਤੇ ਜਿੱਥੇ ਕਿਤੇ ਜਿੱਥੇ ਇਨਸੀਡੈਂਟ ਹੋਇਆ ਵਾ ਉੱਥੇ ਵੀ ਅਸੀਂ ਸਰਚ ਕਰ ਰਹੇ ਆ